ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6ਵੀਂ ਕਲਾਸ ਦੀ ਕਿਤਾਬ ਪੰਜਾਬੀ ਪੁਸਤਕ ਪਹਿਲੀ ਭਾਸ਼ਾ ਉਹਦਾ 22ਵਾਂ ਪਾਰਟ ਜਿਹਦਾ ਨਾਮ ਹੈ ਲੋਕ ਨਾਇਕ ਦਾ ਚਲਾਣਾ ਅੱਜ ਆਪਾਂ ਡਿਸਕਸ ਕਰਾਂਗੇ ਇਸ ਪਾਰਟ ਦਾ ਪਾਠ ਅਭਿਆਸ ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲਾ ਦੱਸੋ ਊੜਾ ਬੱਸ ਦੀਆਂ ਸਵਾਰੀਆਂ ਕਿਉਂ ਕਾਲੀਆਂ ਪੈ ਰਹੀਆਂ ਸਨ ਉੱਤਰ ਤੁਸੀਂ ਲਿਖੋਗੇ ਬੱਸ ਦੀਆਂ ਸਵਾਰੀਆਂ ਦੇਰ ਹੋਣ ਕਾਰਨ ਤੇ ਗਰਮੀ ਕਾਰਨ ਕਾਲੀਆਂ ਪੈ ਰਹੀਆਂ ਸਨ ਐੜਾ ਸਭ ਸਵਾਰੀਆਂ ਆਪੋ ਆਪਣੀ ਹੈਰਾਨੀ ਕਿਉਂ ਪ੍ਰਗਟ ਕਰ ਰਹੀਆਂ ਸਨ ਉੱਤਰ ਸਾਰੀਆਂ ਸਵਾਰੀਆਂ ਆਪੋ ਆਪਣੀ ਹੈਰਾਨੀ ਇਸ ਕਰਕੇ ਪ੍ਰਗਟ ਕਰ ਰਹੀਆਂ ਸਨ ਕਿਉਂਕਿ ਹਰ ਕਿਸੇ ਲਈ ਇਹ ਗੱਲ ਮੰਨਣੀ ਔਖੀ ਸੀ ਕਿ ਪੰਡਿਤ ਨਹਿਰੂ ਚਲਾਣਾ ਕਰ ਗਏ ਹਨ ਈੜੀ ਚੈਕਰ ਨੇ ਖਬਰ ਦੀ ਵਿਆਖਿਆ ਕਰਕੇ ਕੀ ਦੱਸਿਆ ਚੈਕਰ ਨੇ ਦੱਸਿਆ ਕਿ ਪੰਡਿਤ ਨਹਿਰੂ ਸਵੇਰ ਤੋਂ ਬੇਹੋਸ਼ ਸਨ ਤੇ ਉਹ ਇੱਕ ਵਾਰ ਵੀ ਹੋਸ਼ ਵਿੱਚ ਨਹੀਂ ਸਨ ਆਏ ਅੰਤ ਉਹ ਸਵਰਗਵਾਸ ਹੋ ਗਏ ਸੱਸਾ ਨਹਿਰੂ ਜੀ ਦੇ ਸਵਰਗਵਾਸ ਹੋਣ ਦੀ ਖਬਰ ਸੁਣ ਕੇ ਸਾਰੀ ਸਵਾਰੀਆਂ ਦਾ ਕੀ ਹਾਲ ਹੋਇਆ ਪੁੱਤਰ ਨਹਿਰੂ ਜੀ ਦੇ ਸਵਰਗਵਾਸ ਹੋਣ ਦੀ ਖਬਰ ਸੁਣ ਕੇ ਸਭ ਸਵਾਰੀਆਂ ਦੁਖੀ ਤੇ ਪਰੇਸ਼ਾਨ ਹੋ ਗਈਆਂ ਸਾਰਿਆਂ ਦੇ ਚਿਹਰੇ ਉੱਤੇ ਮੁੜਕੇ ਦੀਆਂ ਬੂੰਦਾਂ ਸਨ ਕੋਈ ਵੀ ਡਰਾਈਵਰ ਦੁਆਰਾ ਰੋਕੀ ਬੱਸ ਨੂੰ ਚਲਾਉਣ ਲਈ ਨਹੀਂ ਸੀ ਕਹਿ ਰਿਹਾ ਗਿਲਾ ਗੁਜ਼ਾਰੀ ਮੁੱਕ ਗਈ ਹਰ ਕੋਈ ਇਸੇ ਉਡੀਕ ਵਿੱਚ ਸੀ ਕਿ ਕੋਈ ਕਹਿ ਦਵੇ ਕਿ ਇਹ ਖਬਰ ਝੂਠ ਹੈ ਹਾਹਾ ਡਰਾਈਵਰ ਦੇ ਹਾਰਨ ਬਜਾਉਣ ਤੇ ਭੀੜ ਗੁੱਸੇ ਵਿੱਚ ਕਿਉਂ ਆ ਗਈ ਸੀ ਉੱਤਰ ਮਾਤਮੀ ਜਲੂਸ ਕੱਢ ਰਹੇ ਲੋਕਾਂ ਦੀ ਭੀੜ ਦੇ ਨਾਂ ਉੱਤੇ ਸੁਤੰਤਰ ਭਾਰਤ ਦੇ ਲੋਕ ਨਾਇਕ ਦਾ ਚਲਾਣਾ ਭਾਰੂ ਸੀ ਇਸ ਸੰਕਟ ਦੇ ਸਮੇਂ ਡਰਾਈਵਰ ਦੇ ਹਾਰਨ ਵਜਾਉਣ ਤੇ ਭੀੜ ਗੁੱਸੇ ਵਿੱਚ ਆ ਗਈ ਅੱਗੇ ਚੱਲਦੇ ਹਾਂ ਦੂਜਾ ਸਵਾਲ ਹੈ ਖਾਲੀ ਥਾਵਾਂ ਭਰੋ ਊੜਾ ਤੈਨੂੰ ਪਤਾ ਹੈ ਡੈਸ਼ ਚੱਲ ਵਸੇ ਕੌਣ ਚੱਲ ਵਸੇ ਇੱਥੇ ਆਏਗਾ ਪੰਡਿਤ ਨਹਿਰੂ ਚੱਲ ਵਸੇ ਅੱਗੇ ਦੂਜਾ ਉਹ ਸਭ ਡੈਸ਼ ਬੋਲ ਰਹਿਆ ਸਨ ਕੀ ਆਏਗਾ ਉੱਤਰ ਇੱਕੋ ਬੋਲ ਰਹੇ ਸਨ ਅੱਗੇ ਈੜੀ ਇੱਕ ਵਾਰੀ ਡੈਸ਼ ਹੋਣ ਤੋਂ ਪਿੱਛੋਂ ਡੈਸ਼ ਨਹੀਂ ਸੀ ਆਏ ਬੇਹੋਸ਼ ਹੋਣ ਤੋਂ ਪਿੱਛੋਂ ਉਹਨਾਂ ਨੂੰ ਹੋਸ਼ ਨਹੀਂ ਸੀ ਆਈ ਸੱਸਾ ਹਰ ਕਿਸੇ ਦੀ ਡੈਸ਼ ਮੁੱਕ ਗਈ ਸੀ ਕੀ ਮੁੱਕ ਗਈ ਸੀ ਹਰ ਕਿਸੇ ਦੀ ਗਿਲਾ ਗੁਜ਼ਾਰੀ ਮੁੱਕ ਗਈ ਸੀ ਜਦ ਉਹਨਾਂ ਨੂੰ ਪਤਾ ਚੱਲਿਆ ਵੀ ਕੌਣ ਚੱਲ ਵਸਿਆ ਹਾਹਾ ਉਸਨੇ ਭੀੜ ਨੂੰ ਹਟਾਉਣ ਲਈ ਡੈਸ਼ ਦਿੱਤਾ ਕੀ ਦਿੱਤਾ ਹੌਰਨ ਦਿੱਤਾ ਅੱਗੇ ਤੀਜਾ ਸਵਾਲ ਹੈਗਾ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਮੈਂ ਨਾ ਕੇਵਲ ਇਹ ਸ਼ਬਦ ਸਗੋਂ ਹੋਰ ਵੀ ਜਿਹੜੇ ਸ਼ਬਦ ਔਖੇ ਸੀ ਉਹਨਾਂ ਦੇ ਵਾਕ ਬਣਾਏ ਨੇ ਤੇ ਮਤਲਬ ਵੀ ਦੱਸੇ ਨੇ ਤਾਂ ਚਲੋ ਸ਼ੁਰੂ ਕਰਦੇ ਹਾਂ ਇਹਦੇ ਉੱਤਰ ਪਰੇਸ਼ਾਨ ਯਾਨੀ ਕਿ ਉਲਝਣ ਭਰੀ ਸਥਿਤੀ ਮੇਰਾ ਮਨ ਉਸਦੀਆਂ ਦੁੱਖ ਭਰੀਆਂ ਗੱਲਾਂ ਸੁਣ ਕੇ ਬਹੁਤ ਪਰੇਸ਼ਾਨ ਹੋਇਆ ਅਗਲਾ ਕੰਡਕਟਰ ਬੱਸ ਵਿੱਚ ਟਿਕਟਾਂ ਆਦਿ ਦੇਣ ਵਾਲਾ ਕੰਡਕਟਰ ਨੇ ਸੀਟੀ ਮਾਰ ਕੇ ਬੱਸ ਨੂੰ ਰੋਕ ਲਿਆ ਅਗਲਾ ਡਰਾਈਵਰ ਮਤਲਬ ਬੱਸ ਜਾਂ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਬੱਸ ਨੂੰ ਚਲਾ ਰਿਹਾ ਹੈ ਸਵਰਗਵਾਸ ਮਤਲਬ ਮੌਤ ਹੋ ਜਾਣੀ 7 ਮਈ 1964 ਨੂੰ ਪੰਡਿਤ ਨਹਿਰੂ ਸਵਰਗਵਾਸ ਹੋ ਗਏ ਸਿਆਸਤਦਾਨ ਮਤਲਬ ਰਾਜਨੀਤਿਕ ਪੰਡਿਤ ਨਹਿਰੂ ਸੁਤੰਤਰ ਭਾਰਤ ਦੇ ਉੱਘੇ ਸਿਆਸਤਦਾਨ ਹੋਏ ਹਨ ਕਦਰਦਾਨ ਮਤਲਬ ਕਦਰ ਕਰਨ ਵਾਲਾ ਪੰਡਿਤ ਨਹਿਰੂ ਵਿਦਵਾਨਾਂ ਦੇ ਕਦਰਦਾਨ ਸਨ ਪ੍ਰਧਾਨ ਮੰਤਰੀ ਮਤਲਬ ਮੰਤਰੀ ਮੰਡਲ ਦਾ ਮੁਖੀ ਪੰਡਿਤ ਨਹਿਰੂ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਅਗਲਾ ਸਤਿਕਾਰ ਦਾ ਮਤਲਬ ਆਦਰ ਮਾਤਾ ਪਿਤਾ ਦਾ ਸਤਿਕਾਰ ਕਰੋ ਅੱਗੇ ਸਾਨੂੰ ਕਿਹਾ ਗਿਆ ਵਿਆਕਰਣ ਦੇ ਵਿੱਚ ਇਹ ਇੱਕ ਸਵਾਲ ਪੁੱਛਿਆ ਗਿਆ ਵਿਆਕਰਣ ਦੇ ਵਿੱਚ ਚਲੋ ਇਹਦਾ ਜਵਾਬ ਦਿੰਦੇ ਹਾਂ ਇਸ ਪਾਠ ਵਿੱਚੋਂ ਜਿਹੜੇ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਤੇ ਸੰਬੰਧਕ ਸ਼ਬਦ ਆਏ ਹਨ ਉਹਨਾਂ ਦੀ ਵੱਖਰੀ ਵੱਖਰੀ ਸੂਚੀ ਤਿਆਰ ਕਰੋ ਤਾਂ ਇਹਦਾ ਜਵਾਬ ਮੈਂ ਇੱਥੇ ਲਿਖਿਆ ਹੋਇਆ ਵੀ ਕਿਹੜੇ ਕਿਹੜੇ ਨਾਮ ਹੈਗੇ ਨੇ ਪੜਨਾਮ ਹੈਗੇ ਨੇ ਵਿਸ਼ੇਸ਼ਣ ਹੈਗੇ ਨੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਨਾਮ ਪਟਿਆਲਾ
दिल्ली, बस, राजपुरा, कम, मिंट, चेकर, गर्मी, सहूलत, प्रणाम दे विच, ओहो, उस, ओहो, ओहना, किसे, सब, हर किसे, कोई, विशेषण, कोई जरूरी, पांच, सात, दोवे, डाडी, सारे दे, सारे, किरिया, जान, रुकनी, रोक ली सी, आ गया होवे, आया, पैरियां सन, रुकिया जांदा, मुड़िया, दे रहे सन, अड्डियां रह गईयां, कर सकदा, संबंधक, वाली, दे, नाल, नू, दी, दे, दा, तो, बिना, ठीक है? अगे सानू दसिया होया अध्यापक लई गतिविधि दसी गई है भी बच्चियां तो की कराना है वो भी आपां पढ़ लेंदे हां भी की कहा गया बच्चियां लई। विद्यार्थियां नू पंडित जवाहर लाल नेहरू दे जीवन संबंधी होर जानकारी इकट्ठी करन ते उहनां दीआं तस्वीरां लभण लई आख्या जा सकता है। हुण तुसीं भी पंडित जवाहर लाल नेहरू बारे जो गल्लां तुहानू पता है वो मेरे नाल कॉमेंट सैक्शन दे विच जरूर सांझियां करियो तां कि होर बच्चियां नू भी पता लगे। ते ए सी की अज दी क्लास जे थानू प्रश्न उत्तर समझ आ गए चैप्टर वधिया लग्या तो लाइक शेयर कमेंट जरूर करियो वीडियो नू। आपा फेर मिलांगे। टिल देन टेक केयर। बाय बाय।